ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਦਨ ਚੋਂ ਵਾਕਆਊਟ ਕਰ ਦਿੱਤਾ ਗਿਆ। ਅਕਾਲੀ ਦਲ ਦੇ ਮੈਂਬਰ ਵਿਧਾਨ ਸਭਾ 'ਚ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ ਕੇ ਆਏ, ਜਦਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਬਿਜਲੀ ਮੁੱਦੇ ਨੂੰ ਲੈ ਕੇ ਸਦਨ ਤੋਂ ਵਾਕਆਊਟ ਕਰ ਦਿੱਤਾ। ਇਸ ਦੌਰਾਨ ਪਾਰਟੀ ਪ੍ਰਧਾਨ ਭਗਵੰਤ ਮਾਨ ਵੀ ਸਦਨ ਵਿੱਚ ਪਹੁੰਚ ਗਏ। ਭਗਵੰਤ ਮਾਨ ਸਣੇ ਬਾਕੀ ਦੇ ਆਗੂਆਂ ਨੇ ਵਿਧਾਨ ਸਭਾ ਦੇ ਬਾਹਰ ਹੀ ਬੈਠ ਕੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਆਪ ਵਰਕਰਾਂ ਨੇ ਹੱਥਾਂ ਵਿੱਚ ਕੈਪਟਨ ਸਰਕਾਰ ਮੁਰਦਾਬਾਦ ਦੀਆਂ ਤਖਤੀਆਂ ਫੜੀਆਂ ਹੋਈਆਂ ਸੀ। ਇਸ ਦੌਰਾਨ ਭਗਵੰਤ ਮਾਨ ਨੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਅਕਾਲੀਆਂ ਵਾਂਗੂ ਨਿੱਜੀ ਕੰਪਨੀਆਂ ਨਾਲ ਮਿਲ ਕੇ ਪੰਜਾਬ ਨਾਲ ਵੱਡੀ ਹੇਰਾਫੇਰੀ ਕਰ ਰਹੀ ਹੈ। ਬਾਹਰੀ ਸੂਬਿਆਂ ਖਾਸ ਕਰਕੇ ਦਿੱਲੀ ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਵੰਡੀ ਜਾ ਰਹੀ ਹੈ, ਜਦਕਿ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ, ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ 9 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਬਾਦਲ ਨੇ ਦੋਨੋ ਵੋਟ ਜੋ ਹੈ ਨਾ ਅਕਾਲੀ ਦਲ ਨੇ ਮਾਫੀਆ ਪੈਦਾ ਕੀਤਾ, ਇਹਨਾਂ ਨੇ ਉਹ ਚੀਜ਼ ਸੰਭਾਲਿਆ।
ਅਕਾਲੀ ਦਲ ਕੇ ਦੋਨੋ ਹਰਸਿਮਰਤ ਕੌਰ ਔਰ ਸੁਖਬੀਰ ਬਾਦਲ ਨੇ ਸੀਏ ਕੇ ਪਕਸ਼ ਮੇ ਦਿਆ ਵੋਟ। ਪਿੱਛੇ ਹੋ ਜਾ ਯਾਰ, ਲੈ 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 ਹੱਕ ਹੈ। ਅਬ ਯਹਾਂ ਕੇ ਕਹਦੇ ਮੁਸਲਮਾਨ ਕਿਉਂ ਨਹੀਂ ਇਸਮੇ? ਯੇ ਪੁਰਾਣਾ ਜ਼ਮਾਨਾ ਹੈ, ਅਬ ਸੂਚਨਾਓਂ ਕਾ ਦੌਰ ਹੈ। ਸਾਹਮਣੇ ਦੇਖ ਕੇ ਅਬ ਕੋਈ ਬਾਤ ਛੁਪਤੀ ਨਹੀਂ। ਪਹਿਲੇ ਹੁੰਦਾ ਥਾ ਬੜੇ ਬਾਦਲ ਸਾਹਿਬ ਸੰਗਰੂਰ ਮੇ ਕੁਛ ਔਰ ਬੋਲ ਦੇਤੇ ਥੇ, ਬਰਨਾਲਾ ਮੇ ਕੁਛ ਔਰ ਬੋਲ ਦੇਤੇ ਥੇ, ਔਰ ਸੰਗਰੂਰ ਵਾਲੋਂ ਕੋ ਨਹੀਂ ਪਤਾ ਲੱਗਤਾ ਥਾ ਕਿ ਬਰਨਾਲਾ ਮੇ ਕਿਆ ਬੋਲ ਦਿਆ, ਬਰਨਾਲੇ ਵਾਲੋਂ ਕੋ ਨਹੀਂ ਪਤਾ ਲੱਗਤਾ ਕਿ ਸੰਗਰੂਰ ਕਿਆ ਬੋਲ ਦਿਆ। ਅਬ ਤੋ ਮੈਂ ਤੋ ਚਸ਼ਮਦੀਦ ਗਵਾਹ ਹੂੰ, ਅਕਾਲੀ ਦਲ ਮੇ ਦੋਨੋ ਵੋਟ ਦੋ ਹੀ ਹੈ, ਦੋਨੋ ਵੋਟ ਦੋ ਹੈ, ਪਕਸ਼ ਮੇ ਦੀ ਸੀ ਹੈ ਕਿ ਕਿਉਂਕਿ ਹਰਸਿਮਰਤ ਕੌਰ ਕੀ ਕੁਰਸੀ ਬਚਾਨੀ ਹੈ। ਹਰਸਿਮਰਤ ਕੌਰ ਕੀ ਕੁਰਸੀ ਬਚਾਨੇ ਕੇ ਲੀਏ ਬਾਦਲ ਪਰਿਵਾਰ ਚਾਹੇ ਭੂਟਾਨ ਸੇ ਬੰਗਲਾਦੇਸ਼ ਸੇ ਸਮਝੌਤਾ ਕਰਨਾ ਪੜੇ ਕਰ ਲੇਂਗੇ, ਸਿਰਫ ਕੁਰਸੀ ਕੀ ਬਾਤ ਹੈ। ਯਹਾਂ ਆ ਕੇ ਆਪ ਬੋਲ ਰਹੇ ਹੈ, ਅਬ ਇਨਕਾ ਜੋ ਚਿਹਰਾ ਹੈ। ਦੱਸ ਦਈਏ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਵਿਰੋਧੀ ਪਾਰਟੀਆਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪਾਰਟੀ ਦੇ ਵਿਧਾਇਕਾਂ ਵੱਲੋਂ ਸਦਨ ਚੋਂ ਵਾਕਆਊਟ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਦੋਵੇਂ ਪਾਰਟੀਆਂ ਵੱਲੋਂ ਸਦਨ ਤੋਂ ਬਿਜਲੀ ਮੁੱਦੇ ਨੂੰ ਲੈ ਕੇ ਵਾਕਆਊਟ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਕੱਲਿਆਂ ਸਦਨ ਵਿੱਚ ਬੈਠ ਕੇ ਕਿਹੜੇ ਕਿਹੜੇ ਮਤੇ ਜਾਂ ਫਿਰ ਰੈਜੋਲੂਸ਼ਨ ਪਾਸ ਕੀਤੇ ਜਾਂਦੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।